भैया यहाँ सो भी सकते हैं। कनाडा छोड़ते ही पंजाबी गायक करण औजला हो गए सी दिवालिया। लाइव आके कहा सी कि हुण मेरे पल्ले बचिया कख नहीं। ਪੰਜਾਬੀ ਇੰਡਸਟਰੀ ਦੀ ਗੀਤਾਂ ਦੀ ਮਸ਼ੀਨ ਯਾਨੀ ਕਿ ਕਰਨ ਔਜਲਾ ਜੋ ਕਿ ਪੰਜਾਬੀ ਇੰਡਸਟਰੀ ਦੇ ਰੌਕ ਸਟਾਰ ਵੀ ਨੇ, ਉਹਨਾਂ ਦੀ ਦਮਦਾਰ ਆਵਾਜ਼ ਨੂੰ ਹਰ ਕੋਈ ਪਸੰਦ ਕਰਦਾ ਹੈ। ਇਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ। ਇਹਨਾਂ ਦਾ ਗਾਇਆ ਹਰ ਗੀਤ ਸੁਪਰ ਹਿੱਟ ਸਾਬਿਤ ਹੁੰਦਾ। ਪਿਛਲੇ ਸਾਲ ਕਰਨ ਔਜਲਾ ਕੈਨੇਡਾ ਤੋਂ ਦੁਬਈ ਸ਼ਿਫਟ ਹੋਏ ਸੀ। ਹੁਣ ਮੁੜ ਕਰਨ ਔਜਲਾ ਇੱਕ ਵੀਡੀਓ ਉਹਨਾਂ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕਰਨ ਔਜਲਾ ਆਖਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਹ ਕੈਨੇਡਾ ਤੋਂ ਦੁਬਈ ਸ਼ਿਫਟ ਹੋਣ ਦੇ ਚੱਕਰ 'ਚ ਮਲੰਗ ਹੋ ਗਿਆ। ਉਸਦਾ ਸਾਰਾ ਪੈਸਾ ਦੁਬਈ ਸ਼ਿਫਟ ਹੋਣ 'ਤੇ ਹੀ ਲੱਗ ਗਿਆ। ਉਸ ਕੋਲ ਰੋਟੀ ਖਾਣ ਦੇ ਵੀ ਪੈਸੇ ਨਹੀਂ ਹਨ, ਇਸ ਲਈ ਉਸਨੇ ਰੋਟੀ ਤੱਕ ਨਹੀਂ ਖਾਧੀ। ਤੇ ਦੱਸ ਦਈਏ ਇਸ ਤੋਂ ਇਲਾਵਾ ਕਰਨ ਔਜਲਾ ਨੇ ਕਿਹਾ ਕਿ ਆਰਟਿਸਟਾਂ ਦੀਆਂ ਜ਼ਿੰਦਗੀਆਂ ਅਜਿਹੀਆਂ ਹੀ ਹੁੰਦੀਆਂ ਨੇ, ਇਹਨਾਂ ਦੀ ਜ਼ਿੰਦਗੀ ਬਸ ਸ਼ੋਅ ਆਫ ਯਾਨੀ ਕਿ ਦਿਖਾਵੇ ਦੀ ਹੀ ਹੁੰਦੀ ਹੈ, ਇਹਨਾਂ ਦੇ ਪੱਲੇ ਪੁੱਲੇ ਕੱਖ ਨਹੀਂ ਹੁੰਦਾ। ਕਰਨ ਨੇ ਇਹ ਵੀ ਕਿਹਾ ਕਿ ਸਾਡੇ ਸਾਰੇ ਪੈਸੇ ਆਉਣ ਜਾਣ ਉੱਤੇ ਲੱਗ ਜਾਂਦੇ ਹਨ, ਫਿਰ ਅਸੀਂ ਭਾਲਦੇ ਹਾਂ ਕਿ ਸਾਨੂੰ ਕੋਈ ਰੋਟੀ ਖਵਾ ਦੇਵੇ। ਹਾਲਾਂਕਿ ਇਹ ਵੀਡੀਓ 2-3 ਮਹੀਨੇ ਪੁਰਾਣਾ ਹੈ, ਜਿਸ ਨੂੰ ਕਰਨ ਔਜਲਾ ਦੇ ਫੈਨ ਪੇਜ ਉੱਤੇ ਸ਼ੇਅਰ ਕੀਤਾ ਗਿਆ ਸੀਗਾ ਅਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ। ਦੱਸ ਦਈਏ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਦੇ ਵਿੱਚ ਆਉਂਦੇ ਨੇ। ਉਹਨਾਂ ਦੀ ਐਲਬਮ ਮੇਕਿੰਗ ਮੈਮਰੀਜ਼ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਸੀ ਅਤੇ ਇਹ ਐਲਬਮ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਵੀ ਆਈ ਸੀ। ਪੂਰੀ ਦੁਨੀਆ 'ਚ ਕਰਨ ਔਜਲਾ ਦੀ ਇਸ ਐਲਬਮ ਨੂੰ ਖੂਬ ਪਿਆਰ ਮਿਲਿਆ ਸੀ। ਦੱਸਣਯੋਗ ਹੈ ਕਿ ਕਰਨ ਔਜਲਾ ਦਾ ਅਸਲੀ ਨਾਮ ਜਸਕਰਨ ਸਿੰਘ ਔਜਲਾ ਹੈ। ਉਹਨਾਂ ਨੇ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਆਪਣਾ ਨਾਮ ਕਰਨ ਔਜਲਾ ਰੱਖਿਆ ਸੀ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਕੁਰਾਲਾ ਦੇ ਵਿੱਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋ ਗਈ ਸੀ ਜਦੋਂ ਕਰਨ ਔਜਲਾ ਮਹਿਜ਼ 9 ਸਾਲਾਂ ਦੇ ਸੀ, ਤਾਂ ਉਹਨਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਸੀ। ਅਤੇ ਦੱਸ ਦਈਏ ਕਿ ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਹਨਾਂ ਦੇ ਚਾਚਿਆਂ ਨੇ ਅਤੇ ਭੈਣਾਂ ਨੇ ਪਾਲਿਆ ਸੀ। ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਸੀ, ਉਹ ਹਮੇਸ਼ਾ ਕੁਝ ਨਾ ਕੁਝ ਲਿਖਦੇ ਰਹਿੰਦੇ ਸਨ। ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਕਰਨ ਔਜਲਾ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਸੇ ਦੌਰਾਨ ਉਹਨਾਂ ਦੀ ਮੁਲਾਕਾਤ ਇੱਕ ਵਿਆਹ ਦੇ ਫੰਕਸ਼ਨ 'ਚ ਗਾਇਕ ਜੱਸੀ ਗਿੱਲ ਨਾਲ ਹੋਈ ਸੀ। ਹਾਲਾਂਕਿ ਇਹ ਮੁਲਾਕਾਤ ਪ੍ਰੋਫੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਕਰਨ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ ਸੀ, ਤਾਂ ਜਦੋਂ ਵਾਪਿਸ ਆਏ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਥੋੜ੍ਹਾ ਬਹੁਤ ਸਟਰਗਲ ਕਰਨਾ ਪਿਆ। ਅਤੇ ਹੁਣ ਦੀ ਗੱਲ ਕਰੀਏ ਤਾਂ ਕਰਨ ਔਜਲਾ ਆਪਣੀ ਐਲਬਮਸ ਕਰਕੇ ਕਾਫੀ ਜ਼ਿਆਦਾ ਸੁਰਖੀਆਂ ਬਟੋਰ ਰਹੇ ਨੇ। ਇਸ ਐਲਬਮ ਦਾ ਸੌਂਗ ਸੌਫਟਲੀ ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਸੀਗਾ ਅਤੇ ਇਸ ਸੌਂਗ ਦੇ ਉੱਤੇ ਬਾਹਰ ਦੇ ਗੋਰੇ ਵੀ ਜੋ ਸੀਗੇ ਰੀਲਸ ਵੀਡੀਓਜ਼ ਬਣਾਉਂਦੇ ਹੋਏ ਨਜ਼ਰ ਆ ਰਹੇ ਸੀ।